ਦੋਸਤੋ ਤੁਸੀਂ ਦੇਖ ਰਹੇ ਹੋ ਬਾਬੂਸ਼ਾਹ ਜੀ ਟਾਈਮਜ਼ ਮੈਂ ਦੀਦਾਰ ਸਿੰਘ ਗੁਰਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜਿੱਦਾਂ ਅਸੀਂ ਹਰ ਵਾਰੀ ਤੁਹਾਨੂੰ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਇਸੇ ਲੜੀ ਤਹਿਤ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਸ਼ਖਸੀਅਤ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਮੇਰੇ ਨਾਲ ਨੇ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਐਡਵੋਕੇਟ ਨਰਿੰਦਰ ਸਿੰਘ ਟਵਾਣਾ ਜੀ ਟਵਾਣਾ ਸਾਹਿਬ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਨੇ ਪੂਰਾ ਸੰਘਰਸ਼ ਕਰ ਰਹੇ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾ ਰਹੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਟਵਾਣਾ ਸਾਹਿਬ ਸਵਾਗਤ ਹੈ ਤੁਹਾਡਾ baahushay.com ਦੇ ਵਿੱਚ ਧੰਨਵਾਦ ਜੀ ਬਹੁਤ ਟਵਾਣਾ ਸਾਹਿਬ ਗੱਲ ਪਿੱਛੋਂ ਸ਼ੁਰੂ ਕਰਨ ਜਾ ਰਹੇ ਹਾਂ ਵਕਾਲਤ ਕਰਕੇ ਜਿਹੜੀ ਸਿਆਸਤ ਦੀ ਸ਼ੁਰੂਆਤ ਸੀ ਵਕਾਲਤ ਦਾ ਚਲੋ ਸ਼ੁਰੂ ਕੀਤੀ ਉਹ ਜਦੋਂ ਕੀਤੀ ਸਿਆਸਤ ਦੀ ਸ਼ੁਰੂਆਤ ਕਿੱਥੋਂ ਕੀਤੀ ਮੈਂ ਸਿਆਸਤ ਦੀ ਸ਼ੁਰੂਆਤ 1982 ਚ ਕੀਤੀ ਸੀ ਜੀ ਤੇ ਸ਼ੁਰੂਆਤ ਵੀ ਅਸੀਂ ਜਿਹਦਰ ਗੁਰਚਰਨ ਸਿੰਘ ਟੋੜਾ ਦੇ ਨਾਲ ਕੀਤੀ ਸੀ ਅਕਾਲੀ ਦਲ ਦੇ ਵਿੱਚ ਜੀ ਉਹਨਾਂ ਵਕਤਾਂ 'ਚ ਪੰਜਾਬ 'ਚ ਦੋਏ ਸਿਆਸੀ ਪਾਰਟੀਆਂ ਸੀ ਜਾਂ ਕਾਂਗਰਸ ਤੇ ਜਾਂ ਅਕਾਲੀ ਜੀ ਅਕਾਲੀ ਦਲ ਦੀਆਂ ਨੀਤੀਆਂ ਉਹਨਾਂ ਵਕਤਾਂ 'ਚ ਲੋਕਪੱਖੀ ਨੀਤੀਆਂ ਸੀ ਯਾਰ ਅਕਾਲੀ ਦਲ ਨੇ ਬੜਾ ਵੱਡਾ ਸੰਘਰਸ਼ ਵੀ ਕੀਤਾ ਪੰਜਾਬ ਦੀਆਂ ਹੱਕੀ ਮੰਗਾਂ ਵਾਰੇ ਵੀ ਔਰ ਸਭ ਤੋਂ ਵੱਧ ਜਿਹੜੀ ਗੱਲ ਸੀ ਸਿਆਸਤ ਚ ਆਉਣ ਦੀ ਜਿਹਦਰ ਗੁਰਚਰਨ ਸਿੰਘ ਟੋੜਾ ਦੇ ਨਾਲ ਆਉਣ ਦੀ ਇੱਕ ਉਹਨਾਂ ਦੀ ਸ਼ਖਸੀਅਤ ਜਿਹੜੀ ਉਸ ਟਾਈਮ ਦੇ ਸਾਰੇ ਸਾਰੇ ਸਿਆਸੀ ਆਪਾਂ ਦਰਸ਼ ਦੇਖੀ ਨਾ ਜੀ ਇੱਕੋ ਇੱਕ ਮਾਨਦਾਰਸ਼ਿਕ ਸ਼ਖਸੀਅਤ ਸੀ ਉਹ ਜਿਹੜਾ ਗੁਰਚਰਨ ਸਿੰਘ ਟੋੜਾ ਸੀ ਪੰਥਕ ਸੋਚ ਸੀ ਉਹਨਾਂ ਦੀ ਇਸੇ ਕਰਕੇ ਅਸੀਂ ਉਹਨਾਂ ਦੇ ਨਾਲ ਰਹੇ ਤੇ 1982 ਤੋਂ ਸ਼ੁਰੂ ਕਰਕੇ ਉਹਨਾਂ ਦੀ ਮੌਤ ਤੱਕ 2004 ਤੱਕ ਉਹਨਾਂ ਦੇ ਨਾਲ ਹੀ ਖੜੇ ਚੰਗੇ ਮੰਦੇ ਸਮੇਂ 'ਚ ਉਹਨਾਂ ਦੇ ਨਾਲ ਰਹੇ ਜੀ ਜ਼ਿਆਦਾ ਸਮਾਂ ਤਾਂ ਅਸੀਂ ਵੈਸੇ ਵਿਰੋਧ 'ਚ ਹੀ ਇਕੱਠੇ ਆ ਜੀ ਕਿਉਂਕਿ ਸਰਕਾਰ ਜਦੋਂ ਬਰਨਾਲਾ ਸਾਹਿਬ ਦੀ ਉਸ ਟਾਈਮ ਵੀ ਟੋੜਾ ਸਾਹਿਬ ਨੂੰ ਵੱਖੋਣਾ ਪਿਆ ਜੀ ਫਿਰ 97 ਬਾਦਲ ਸਾਹਾ ਆਏ ਫਿਰ ਸਾਲ ਬਾਅਦ ਵੱਖਰੇ ਹੋ ਗਏ ਤੇ ਉਹਨਾਂ ਦੇ ਖਿਲਾਫ ਸੰਘਰਸ਼ ਕੀਤਾ ਜੀ ਸੋ ਅਸੀਂ ਤਾਂ ਉਹਨਾਂ ਦੇ ਨਾਲ ਰਹੇ ਹਾਂ ਜੋ ਹੁਕਮ ਹੁੰਦਾ ਸੀ ਉਹਨਾਂ ਦੇ ਨਾਲ ਹੀ ਕੀਤਾ ਰ ਅਸ ਇਸ ਕੱਲ ਦਾ ਮਾਣ ਵੀ ਹੈ ਮੈਨੂੰ ਵੀ ਮੈਂ ਜਦੋਂ ਗੁਰਚਰਨ ਸਿੰਘ ਟੋੜਾ ਦੇ ਨਾਲ ਆਪਣੀ ਸਿਆਸੀ ਪਾਰੀ ਸ਼ੁਰੂਆਤ ਕੀਤੀ ਸੀ ਮੈਂ ਆਮ ਆਦਮੀ ਪਾਰਟੀ ਵੱਲ ਤੁਹਾਡਾ ਜਿਹੜਾ ਚੁਕਾਏ ਉਹ ਕਿਦਾਂ ਹੋਇਆ ਕਦੋਂ ਪਾਰਟੀ ਜੁਆਇਨ ਕੀਤੀ ਕਿਹੜੇ ਕਾਰਨ ਸੀਗੇ ਜਿਹਦੇ ਕਰਕੇ ਮਨ ਲੋ ਕਿਹੜੀਆਂ ਤੁਹਾਨੂੰ ਪਾਰਟੀ ਦੀਆਂ ਗੱਲਾਂ ਚੰਗੀਆਂ ਲੱਗੀਆਂ ਜਿਹਦੇ ਕਰਕੇ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰੀ ਤੁਸੀਂ ਦੇਖੋ ਬਸਤ ਤਾ ਟੋੜਾ ਸਾਹਿਬ ਦੇ ਜਾਣ ਤੋਂ ਬਾਅਦ ਪੰਜਾਬ ਚ ਬੜਾ ਵੱਡਾ ਸਿਆਸੀ ਖਲਾਅ ਆਇਆ ਹੈ ਜੀ ਖਲਾਅ ਵੀ ਅਕਾਲੀ ਦਲ ਦੀ ਉਹ ਪੰਥਕ ਸੋਚ ਨਹੀਂ ਰਹੀ ਅਕਾਲੀ ਦਲ ਚ ਇਮਾਨਦਾਰੀ ਦੀ ਗੱਲ ਸਾਰੀ ਖਤਮ ਹੋ ਗਈ ਜੀ ਔਰ ਦੋਨੇ ਹੀ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਇਹਨਾਂ ਨੂੰ ਲੁੱਟਣ ਤੋਂ ਬਿਨਾ ਪੰਜਾਬ ਦੇ ਸਾਰੇ ਸੋਮੇ ਖਤਮ ਕਰਤੇ ਲੁੱਟ ਲਏ ਆਪਣੇ ਪਰਿਵਾਰਾਂ ਲਈ ਧਨ ਇਕੱਠਾ ਕੀਤਾ ਸੋ ਇਹੀ ਗੱਲਾਂ ਸੀ ਜਿਨ੍ਹਾਂ ਤੋਂ ਨਿਰਾਸ਼ਤਾ ਹੋ ਕੇ ਪੰਜਾਬ ਮੈਂ ਨਹੀਂ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਜਦੋਂ ਆਮ ਆਦੀ ਪਾਰਟੀ 2014 ਚ ਆਈ ਜੀ ਬਹੁਤ ਸਾਰੇ ਲੋਕਾਂ ਨੇ ਫਿਰ ਉਸ ਇੱਕੋ ਆਸ ਦੀ ਕਰਨ ਦੇਖੀ ਵੀ ਇੱਕੋ ਇੱਕ ਜਿਹੜੀ ਹੈ ਇਮਾਨਦਾਰ ਪਾਰਟੀ ਹੈ ਜੀ ਉਹ ਆਮ ਆਦੀ ਪਾਰਟੀ ਹੈ ਤੇ ਕੇਜਰੀਵਾਲਿਓ ਕਰਕੇ ਵੀ ਦਿਖਾਇਆ ਦਿੱਲੀ ਵੀ ਸਾਰਾ ਕੁਝ ਬੜਾ ਵਿਕਾਸ ਉਹਨੇ ਕੀਤਾ 6 ਸਾਲ ਦੇ ਰਾਜ ਦੇ ਵਿੱਚ ਜੀ ਜੀ ਇਹੀ ਕਾਰਨ ਸੀ ਤੇ ਮੈਂ ਵੀ ਆਮ ਆਦੀ ਪਾਰਟੀ 2016 ਜੁਆਇਨ ਕਰ ਲਈ ਸੀ ਜੀ ਤੁਸੀਂ ਟਿਕਟ ਦੇ ਬੜੇ ਪ੍ਰਮੁੱਖ ਦਾਵੇਦਾਰ ਸੀਗੇ ਤੁਸੀਂ ਮਿਹਨਤ ਵੀ ਬੜੀ ਕੀਤੀ ਬੜੀਆਂ ਤੁਸੀਂ ਮੀਟਿੰਗਸ ਕੀਤੀਆਂ ਪਿੰਡਾਂ ਦੇ ਵਿੱਚ ਜੋ ਕੀ ਅੱਜ ਕੰਟੀਨਿਊ ਜਾਰੀ ਨੇ ਪਰ ਜਦੋਂ ਤੁਹਾਨੂੰ ਟਿਕਟ ਨਹੀਂ ਮਿਲੀ ਟਿਕਟ ਕਿਸੇ ਹੋਰ ਨੂੰ ਮਿਲ ਗਈ ਤਾਂ ਇਦਾਂ ਕਈ ਆਗੂਆਂ ਨਾਲ ਹੋਇਆ ਜਿਹੜੇ ਟਿਕਟ ਦੇ ਦਾਵੇਦਾਰ ਸੀਗੇ ਪਰ ਉਹ ਪਾਰਟੀ ਤੋਂ ਨਾਰਾਜ਼ ਹੋ ਕੇ ਚਲੇ ਗਏ ਵੀ ਸਾਨੂੰ ਟਿਕਟ ਨਹੀਂ ਮਿਲੀ ਪਰ ਤੁਸੀਂ ਪਾਰਟੀ ਨਾਲ ਕੰਟੀਨਿਊ ਜਿਹੜੇ ਹੈਗੇ ਹੋ ਅੱਜ ਤੱਕ ਪਾਰਟੀ ਨਾਲ ਤੁਸੀਂ ਚੱਲ ਰਹੇ ਹੋ ਉਹ ਸਾਰਾ ਸਮੀਕਰਨ ਸਾਨੂੰ ਦੱਸੋ ਦੇਖੋ 2016 ਚ ਮੈਂ ਆਵਾਦੀ ਪਾਰਟੀ ਜੁਆਇਨ ਕੀਤੀ ਸੀ ਜੀ ਪਾਰਟੀ ਨੇ ਉਸ ਟਾਈਮ ਮੈਂ ਵੀ ਡਿਮਾਂਡ ਕਰ ਰਿਹਾ ਸੀ ਟਿਕਟ ਦੀ ਮੰਗਾ ਰਿਹਾ ਸੀ ਜੀ ਪਰ ਸਰ ਲਖਵੀਰ ਸਿੰਘ ਰਾਏ ਨੂੰ ਪਾਰਟੀ ਨੇ ਟਿਕਟ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਸਾਰ ਲਖਵੀਰ ਸਿੰਘ ਰਾਏ ਦੀ ਮਦਦ ਕੀਤੀ ਜਿੰਨਾ ਜਿੰਨੀ ਸਾਡੇ ਕੋਲ ਲਈ ਜਿੰਨਾ ਅਸੀਂ ਕਰ ਸਕਦੇ ਸੀ ਕਰੀ ਜੀ ਉਸ ਤੋਂ ਬਾਅਦ ਆਵਾਦੀ ਪਾਰਟੀ ਜੋ ਲਹਿਰ ਸੀ ਇਹ ਠੀਕ ਹੈ ਵੀ ਸਰਕਾਰ ਨਹੀਂ ਬਣ ਸਕੀ ਇਹ ਸੀਤੀ ਵਿੱਚ ਅਸੀਂ ਹਾਰ ਗਏ ਪਰ ਉਸ ਤੋਂ ਬਾਅਦ ਪਾਰਟੀ ਦੇ ਨਾਲ ਹੀ ਜੁੜੇ ਰਹੇ ਹਾਂ ਹੁਣ ਤੱਕ ਜੁੜੇ ਰਹੇ ਹਾਂ ਤੇ ਅੱਜ ਫੇਰ ਜਿਹੜਾ ਹੈ 파ਟਨਰ ਸਰਗਰਮੀ ਨਾਲ ਕੰਮ ਕੀਤਾ ਹੈ ਔਰ ਮੈਂ ਤਕਰੀਬਨ ਅੱਧੇ ਨਾਲੋਂ ਜ਼ਿਆਦਾ ਜਿਹੜੇ ਹਲਕੇ ਦੇ ਪਿੰਡ ਨੇ ਉਹ ਕਵਰ ਕਰ ਚੁੱਕੇ ਆ ਜੀ ਬੜਾ ਵਧੀਆ ਲੋਕਾਂ ਦਾ ਰਿਸਪਾਂਸ ਮਿਲਿਆ ਬੜੇ ਵਧੀਆ ਕੱਠ ਸਾ ਜਗ੍ਹਾ ਤੇ ਹੋਏ ਨੇ ਔਰ 파ਰਟੀ ਦੇ ਨੀਤੀਆਂ ਬਾਰੇ ਸੀ ਲੋਕਾਂ ਨੂੰ ਦੱਸਦੇ ਆ ਆਮ ਆਦੀ 파ਰਟੀ ਜੋ ਕੁਝ ਦਿੱਲੀ ਚ ਕੀਤਾ ਜਿਸ ਤਰ੍ਹਾਂ ਸੁਧਾਰ ਲਿਆਉਂਦੇ ਨੇ ਖਾਸ ਕਰਕੇ ਵਿਦਿਆ ਤੇ ਸਿਹਤ ਦੀਆਂ ਸਹੂਲਤਾਂ ਹੀ ਲੈਂਦੇ ਨੇ ਜੀ ਉਹ ਸਾਰਾ ਲੋਕਾਂ ਨੂੰ ਦੱਸਿਦਾ ਕਿਸ ਤਰ੍ਹਾਂ ਇਮਾਨਦਾਰ ਸਰਕਾਰ ਚ ਚੱਰੀ ਹੈ ਕਿਸ ਤਰ੍ਹਾਂ ਪਿਛਲੇ 40 ਸਾਲ ਤੋਂ 50 ਸਾਲ ਦੇ ਕਰੀਬ ਜਿਵੇਂ ਦੋਹਾਂ 파ਰਟੀਆਂ ਨੇ ਪੰਜਾਬ ਨੂੰ ਲੁੱਟਿਆ ਉਹ ਵੀ ਲੋਕਾਂ ਦੇ ਸਾਹਮਣੇ ਰੱਖੀਦਾ ਹੈ ਇੱਕ ਪਾਸੇ ਪੰਜਾਬ ਦੀ ਸਰਕਾਰ ਹੈ ਜਿੱਥੇ ਮਾਫੀਆ ਰਾਜ ਚੱਲੇ ਆ ਰਹੇ ਨੇ ਕਿਸੇ ਖੇਤਰ ਲੈ ਲਓ ਰੇਤ ਲੈ ਲਓ ਸ਼ਰਾਬ ਲੈ ਲਓ ਕੇਬਲ ਲੈ ਲਓ ਟਰਾਂਸਪੋਰਟ ਲੈ ਲਓ ਹਰ ਜਗ੍ਹਾ ਮਾਫੀਆ ਦਾ ਰਾਜ ਹੈ ਔਰ ਰੱਜ ਕੇ ਪੈਸਾ ਧਨ ਇਕੱਠਾ ਕੀਤਾ ਕਰ ਰਹੇ ਨੇ ਇਹ ਲੋਕ ਚਾਹੇ ਕਾਲੀ ਨੇ ਚਾਹੇ ਕਾਂਗਰਸੀ ਦੇ ਨਾਮ ਦੇ ਟੱਬਰਾਂ ਨੂੰ ਜਿਹੜਾ ਹੈ ਉਹਦੇ ਸਾਰਾ ਸਨਵਾਇਆ ਜਿਹੜਾ ਹੈਗਾ ਆਪਣੇ ਪਰਿਵਾਰਾਂ ਵਾਸਤੇ ਇਕੱਠਾ ਕਰ ਰਹੇ ਨੇ ਲੋਕ ਸਾਰੇ ਇਹ ਜੀ ਜੀ ਸੋ ਇਸ ਦੁਖੀ ਹੋ ਕੇ ਮੈਂ ਨਹੀਂ ਇਕੱਲਾ ਸਾਰਾ ਪੰਜਾਬੇ ਦੁਖੀ ਹੈ ਇਸ ਟਾਈਮ ਜੀ ਚਾਹੇ ਉਹ ਕਾਲੀਦਲ ਦਾ 10 ਸਾਲ ਪਹਿਲਾ ਰਾਜ ਸੀ ਚਾਹੇ ਹੁਣ ਕੈਪਟਨ ਦਾ ਰਾਜ ਹੈ ਪੰਜਾਬ 'ਚ ਇਸ ਟਾਈਮ ਬਿਲਕੁਲ ਬਦਲਾਵ ਦੀ ਲਹਿਰ ਚੱਲ ਰਹੀ ਹੈ ਔਰ ਉਹ ਬਦਲਾਵ ਦੀ ਲਹਿਰ ਹੈ ਆਮਾਦੀ ਪਾਰਟੀ ਦੇ ਬਿਲਕੁਲ ਹੱਕ 'ਚ ਹੈ ਸਾਨੂੰ ਪੂਰੀ ਉਮੀਦ ਹੈ ਵੀ ਇਸ ਵਾਰ ਲੋਕਾਂ ਦਾ ਭਰਮਾ ਹੰਧਾਰਾ ਸਾਨੂੰ ਮਿਲੇਗਾ ਪੰਜਾਬ ਦੇ ਆਮਾਦੀ ਪਾਰਟੀ ਨੂੰ ਤੇ ਸਰਕਾਰ ਆਮਾਦੀ ਪਾਰਟੀ ਦੀ ਬਣੇਗੀ ਪੰਜਾਬ ਦੇ ਵਿੱਚ ਟਵਾਣਾ ਸਾਹਿਬ ਜਿਹੜੇ ਕੇਂਦਰ ਸਰਕਾਰ ਤਿੰਨ ਖੇਤੀ ਆਰਡੀਨੈਂਸ ਲੈ ਕੇ ਆਈ ਹੈ ਉਹਨੂੰ ਤੁਸੀਂ ਤੁਹਾਡੀ ਪਾਰਟੀ ਦਾ ਉਹਦੇ ਬਾਰੇ ਕੀ ਸਟੈਂਡ ਹੈ ਤੇ ਤੁਸੀਂ ਇੱਕ ਐਜ਼ ਅ ਐਡਵੋਕੇਟ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਮਤਲਬ ਜਿੱਦਾਂ ਕਿਸਾਨ ਯੂਨੀਅਨਾਂ ਕਹਿ ਰਹੀਆਂ ਨੇ ਵੀ ਉਹਨਾਂ ਨਾਲ ਕਿਸਾਨ ਬਰਬਾਦ ਹੋ ਜਾਊਗਾ ਸਾਰਾ ਸਿਸਟਮ ਹੈ ਜਿਹੜਾ ਸਾਰੀ ਖਰੀਦ-ਖਾਤਮ ਹੋ ਜਾਊਗੀ ਤੁਸੀਂ ਇਹਨੂੰ ਐਜ਼ ਅ ਐਡਵੋਕੇਟ ਐਜ਼ ਅ ਆਮ ਆਦਮੀ ਪਾਰਟੀ ਦੇ ਨੇਤਾ ਹੋਣ ਦੇ ਨਾਤੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਆਪਾਂ ਨੂੰ ਬੜਾ ਪਿੱਛੇ ਜਾਣਾ ਪਊਗਾ ਇਹਨਾਂ ਕਾਨੂੰਨਾਂ ਸਮਝਣ ਲਈ ਜੀ ਜਦੋਂ ਇਸ ਆਪਣੇ ਸਾਰੇ ਭਾਰਤ ਵਿੱਚ ਅੰਨ ਦੀ ਬੜੀ ਕਮੀ ਸੀ ਜੀ ਲਾਲ ਬਹਾਦਰ ਸ਼ਾਸਤਰੀ ਉਸ ਟਾਈਮ ਪ੍ਰਧਾਨ ਮੰਤਰੀ ਹੁੰਦੇ ਸੀ ਜੀ ਜੀ ਤੇ ਬੜੇ ਆਪਾਂ ਨੂੰ ਸੁਝਾਉਤੇ ਕਰਨੇ ਪਏ ਸਰਕਾਰਾਂ ਨੂੰ ਅਨਾਜ ਬਾਹਰੋਂ ਮੰਗਾਉਣ ਲਈ ਆਪਣੀ ਦੇਸ਼ ਦੀ ਇੱਜ਼ਤ ਵੀ ਜਰੂਰੀ ਰੱਖਣੀ ਪੈਂਦੀ ਹੁੰਦੀ ਸੀ ਜੀ 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 ਉਸ ਟਾਈਮ ਇੱਕ ਲਾਲ ਬਹਾਦਰ ਸ਼ਾਸਤਰੀ ਨਾਰਾ ਮਾਰਿਆ ਸੀ ਜੈ ਜਵਾਨ ਜੈ ਕਿਸਾਨ ਦਾ ਜੀ ਉਸੇ ਤਹਿਤ ਜਿਹੜੀ ਹੈ ਪੰਜਾਬ ਦੇ ਲੋਕਾਂ ਨੇ ਉਸ ਨਾਰੇ ਨੂੰ ਅਮਲ ਲਿਆ ਕੇ ਬੜੀ ਉਦਮ ਕੀਤੀ ਪੰਜਾਬ ਚ ਜਿਹੜੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਉਸ ਟਾਈਮ ਹੋਈ ਜੀ ਪਰ ਉਸ ਹਰੀ ਕ੍ਰਾਂਤੀ ਦੇ ਨਾਲ ਦੇਸ਼ ਦਾੜਾ ਅਨਾਜ ਜਿਹੜਾ ਹੈਗਾ ਸੀ ਬਿਲਕੁਲ ਭੰਡਾਰ ਅਨਾਜ ਦੇ ਪਰਦੇਸ਼ ਬਿਲਕੁਲ ਆਤਮ ਜਿਹੜਾ ਹੈ ਨਿਰਪਰ ਹੋਇਆ ਪਰ ਉਸ ਦੇ ਵਿੱਚ ਪੰਜਾਬ ਨੇ ਗੋਇਆ ਬੜਾ ਕੁਝ ਹੈ ਜੀ ਪੰਜਾਬ ਨੇ ਆਪਣਾ ਪਾਣੀ ਖਤਮ ਕਰ ਲਿਆ ਜੀ ਪੰਜਾਬ ਨੇ ਆਪਣੀ ਹਵਾ ਜ਼ਹਿਰੀਲੀ ਕਰ ਲਈ ਧਰਤੀ ਜ਼ਹਿਰੀਲੀ ਕਰ ਲਈ ਜੀ ਔਰ ਪੰਜਾਬ ਇੰਨਾ ਕੁਛ ਕਰਨ ਦੇ باوجود ਵੀ ਪੰਜਾਬ ਦਾ ਜਿਹੜਾ ਕਿਸਾਨ ਹੈ ਲਗਾਤਾਰ ਕਰਜ਼ਾਈ ਹੁੰਦਾ ਚਲੇ ਗਿਆ ਔਰ ਪਿੱਛੇ ਆਪਾਂ ਦੇਖ ਰਹੇ ਵੀ ਲਗਾਤਾਰ ਖੁਦਕੁਸ਼ੀ ਵੀ ਕਰਦੇ ਰਹੇ ਅੱਜ ਐਮਐਸਪੀ ਜਿਹੜੀ ਸਰਕਾਰ ਫਿਕਸ ਕੀਤ ਕਰਦੀ ਹੁੰਦੀ ਸੀ ਉਹ ਉਸ ਦੇ ਨਾਲ ਜਿਹੜਾ ਹੈ ਪੰਜਾਬ ਜਿੱਥੇ ਇੱਕ ਮੰਡੀ ਢਾਂਚਾ ਖੜਾ ਹੋਇਆ ਖਰਿਆਣੇ ਉਸ ਟਾਈਮ ਪਰ ਹਰਿਆਣਾ ਹੀ ਪੰਜਾਬ ਦਾ ਹਿੱਸਾ ਹੁੰਦਾ ਸੀ ਜੀ ਜੀ ਐਫਸੀਆਈ ਪੰਜਾਬ ਜੀ ਫਸਲ ਖਰੀਦਣ ਲੱਗੀ ਕੁਝ ਟੈਕਸ ਦਿੰਦੀ ਸੀ ਮੰਡੀ ਬੋਰਡ ਨੂੰ ਜਾਂ ਰੂਲ ਡਵੈਲਪਮੈਂਟ ਫੰਡ ਦਿੱਤੇ ਜਾਂਦੇ ਇਹਦੇ ਨਾਲ ਇੱਕ ਢਾਂਚਾ ਖੜਾ ਹੋਇਆ ਲਿੰਕ ਰੋੜਾ ਬਣੀਆਂ ਪੰਜਾਬ ਦੀਆਂ ਜੀ ਜੀ ਉਸ ਢਾਂਚੇ ਦੇ ਤਹਿਤ ਜਿਹੜਾ ਹੈਗਾ ਮਾਰਕੀਟਿੰਗ ਸਿਸਟਮ ਬੜਾ ਵੱਡਾ ਪੰਜਾਬ 'ਚ ਬਣਿਆ ਜੀ ਤੇ ਅੱਜ ਕੀ ਹੋ ਰਿਹਾ ਹੈ ਜਦੋਂ ਦੇਸ਼ ਨੂੰ ਪੰਜਾਬ ਦੇ ਅਨਾਜ ਦੀ ਇੰਨੀ ਲੋੜ ਨਹੀਂ ਰਹੀ ਕਿਉਂਕਿ ਬਾਕੀ ਸਟੇਟਾਂ ਵੀ ਅਨਾਜ ਪੈਦਾ ਕਰਨ ਲੱਗੀਆਂ ਨੇ ਜੀ ਜੀ ਤੇ ਹੁਣ ਸੈਂਟਰਲ ਸਰਕਾਰ ਜਿਹੜੇ ਨਵੇਂ ਕਾਨੂੰਨ ਲੈ ਕੇ ਆਉਂਦੇ ਨੇ ਇਹ ਬੜੇ ਘਾਤਕ ਨੇ ਪੰਜਾਬ ਲਈ ਕਿਉਂਕਿ ਪੰਜਾਬ ਦਾ ਸਮੁੱਚਾ ਅਰਥਚਾਰਾ ਜਿਹੜਾ ਹੈਗਾ ਨਾ ਉਹ ਖੇਤੀ ਤੇ ਨਿਰਭਰ ਹੈ ਜੀ ਚਾਹੇ ਦੁਕਾਨਦਾਰੀ ਹੈ ਚਾਹੇ ਮਜ਼ਦੂਰ ਨੇ ਖੇਤ ਮਜ਼ਦੂਰ ਨੇ ਜੀ ਇਥੋਂ ਤੱਕ ਕਿ ਜਿਹੜੀ ਇੰਡਸਟਰੀ ਵੀ ਹੈ ਉਹ ਜ਼ਿਆਦਾਤਰ ਪੰਜਾਬ ਚ ਐਗਰੋ ਇੰਡਸਟਰੀ ਹੈ ਜੀ ਉਹ ਅਗਰ ਖੇਤੀ ਫੇਲ ਹੁੰਦੀ ਹੈ ਉਹ ਸਾਰੇ ਦੀ ਸਾਰੀ ਸਮੁੱਚਾ ਦਾ ਅਰਥ ਆਰਥਿਕ ਤਾਂ ਚਾ ਉਹ ਸਾਰਾ ਤਬਾਹ ਹੋ ਕੇ ਰਹਿ ਜਾਏਗਾ ਜੀ ਆ ਕਿਉਂਕਿ ਇਸ ਖੇਤੀ ਜਿਹੜੇ ਬਿੱਲ ਨੇ ਇਹਨਾਂ ਬਿੱਲਾਂ ਦੇ ਵਿੱਚ ਤਿੰਨ ਬਿੱਲ ਆਉਂਦੇ ਨੇ ਪਹਿਲਾ ਬਿੱਲ ਤੇ ਆ ਵੀ ਸਰਕਾਰ ਨੇ ਪ੍ਰਾਈਵੇਟ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਅਲਾਉ ਕਰਤਾ ਤੁਸੀਂ ਆਪਣੀ ਪ੍ਰਾਈਵੇਟ ਮੰਡੀਆਂ ਬਣਾਓ ਜੀ ਤੇ ਇੱਥੇ ਤੁਸੀਂ ਆਪਣੀ ਪਰਚੇਜ਼ ਕਰ ਸਕਦੇ ਹੋ ਆਰ ਡੀ ਐਫ ਖਤਮ ਕਰਤਾ ਮਾਰਕੀਟ ਫੀਸ ਖਤਮ ਕਰਤੀ ਜਿਹੜਾ ਸਕੂਰਤ ਤੇ ਤਕਰੀਬਨ 5000 ਕਰੋੜ ਦਾ ਆਮਦਨ ਸੀ ਪੰਜਾਬ ਨੂੰ ਇਹ ਦੋਨਾਂ ਦੀ ਆਰ ਡੀ ਐਫ ਤੇ ਮਾਰਕੀਟ ਫੀਸ ਦੀ ਜੀ ਉਹ ਵੀ ਪੰਜਾਬ ਨੇ ਹੁਣ ਨਵਾਂ ਕਾਨੂੰਨ ਲੈ ਖਤਮ ਕਰਤੀ ਹੈ ਜੀ ਉਹਦੇ ਨਾਲ ਕੀ ਹੈ ਵੀ ਜਿਹੜਾ ਢਾਂਚਾ ਸਾਰਿਆ ਸੀ ਪੰਜਾਬ ਨੇ ਇੰਨੀ ਸ਼ਿੱਦਤ ਨਾਲ ਇੰਨੀ ਮਿਹਨਤ ਨਾਲ ਉਹ ਸਾਰੇ ਦਾ ਸਾਰਾ ਤਹਿਸ਼ ਨਹਿਸ਼ ਹੋ ਜਾਊਗਾ ਜੀ ਮਾਰਕੀਟੀਆਂ ਪੰਗ ਹੋ ਜਾਣਗੀਆਂ ਮੰਡੀ ਬੋਰਡ ਪੰਗ ਹੋ ਜਾਊਗਾ ਜਿਹੜੇ ਲਿੰਕ ਕਰੋੜਾ ਉਸ ਫੰਡ ਨਾਲ ਬਣਦੀਆਂ ਸੀ ਉਹ ਵੀ ਸਾਰਾ ਦਾ ਸਾਰਾ ਖਤਮ ਹੋ ਗਿਆ ਉਹ ਸਿਸਟਮ ਬੜਾ ਵੱਡਾ ਕਾਟਾ ਪੈਣਾ ਜੀ ਤੇ ਕੰਟੈਕਟ ਖੇਤੀ ਅਲਟੀਮੇਟਲੀ ਸਰਕਾਰ ਦੀ ਨੀਤ ਇਹ ਹੈ ਵੀ ਜਿਹੜੀ ਪੰਜਾਬ ਦੀ ਖੇਤੀ ਹੈ ਇਹਨੂੰ ਵੱਡੇ ਜਿਹੜੇ ਕਾਰਪੋਰੇਸ਼ਨਾਂ ਦੇ ਸਪੁਰਦਤ ਕਰਤਾ ਜਾਵੇ ਤੇ ਆਮ ਲੋਕਾਂ ਨੂੰ ਖੇਤੀੋਂ ਬਾਹਰ ਕਰਤਾ ਜਾਵੇ ਔਰ ਮੈਂ ਸਮਝਦਾ ਹਾਂ ਜਿਸ ਤਰ੍ਹਾਂ ਕਿਸੇ ਗੁਲਾਮ ਕੋਈ ਦੇਸ਼ ਹੁੰਦਾ ਨਾ ਪੰਜਾਬ ਨਾਲ ਇਹੋ ਜਿਹਾ ਵਰਤਾਅ ਕੀਤਾ ਰਿਹਾ ਹੈ ਸੈਂਟਰ ਵੱਲੋਂ ਜੀ ਜੋ ਵੀ ਕਾਨੂੰਨ ਆ ਰਿਹਾ ਹੈ ਇੱਕ ਚਿੜਕੇ ਜਿੱਦ ਕਰਕੇ ਗੁੱਸੇ ਦੇ ਵਿੱਚ ਪਾਸ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਜਿਹੜਾ ਹੈਗਾ ਪੰਜਾਬ ਦਾ ਤਬਾਹ ਹੋ ਕੇ ਰਹਿ ਜਾਏ ਜੀ ਅੱਜ ਇਸੇ ਕਰਕੇ ਸਾਰਾ ਕਿਸਾਨ ਜਿਹੜਾ ਹੈਗਾ ਉਹ ਸੜਕਾਂ ਦੇ ਉੱਪਰ ਬੈਠਾ ਜੀ ਜੀ ਭਾਰਤੀ ਕਿਸਾਨ ਯੂਨੀਅਨ ਦੇ ਲੀਡਰਸ਼ਿਪ ਦੇ ਅੱਗੇ ਸਾਰੇ ਧਰਨੇ ਲੱਗੇ ਹੋਏ ਨੇ ਰੇਲਾਂ ਰੋਕੀਆਂ ਹੋਈਆਂ ਨੇ ਪਰ ਹੁਣ ਸਰਕਾਰ ਦੀ ਨੀਅਤ ਦੇਖੋ ਕੀ ਹੈ ਜੀ ਮਾਲ ਗੱਡੀਆਂ ਕਿਸਾਨਾਂ ਨੇ ਕਹਿਤਾ ਸੀ ਵੀ ਆਜ ਉਹ ਅਸੀਂ ਇਹਨਾਂ ਨੂੰ ਕੋਈ ਰੋਕਾਂਗੇ ਜੀ ਸਰਕਾਰ ਨੇ ਉਹਦੀ ਆੜ ਵਿੱਚ ਸਾਰੀ ਰੇਲਾਂ ਬੰਦ ਕਰਦੀਆਂ ਜੀ 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 ਇਹ ਵੀ ਇੱਕ ਸਬਕ ਸਿਖਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਲਾਲੋ ਜਾਂ ਬੀਜੇਪੀ ਲਾਲੋ ਉਹ ਆਪਣੀ ਨੁਕਤੇ 'ਚ ਨਹੀਂ ਸੁਣ ਕੇ ਰਾਜ਼ੀ ਨਹੀਂ ਹੈਗੇ ਬਿਲਕੁਲ ਜੀ ਕਸ਼ਮੀਰ ਦੇ ਲੋਕ ਹੋਣ ਪੰਜਾਬ ਦੇ ਲੋਕ ਹੋਣ ਜਿੱਥੇ ਵੀ ਕਟਗਣ ਦੀਆਂ ਬੈਠੀਆਂ ਨੇ ਉਹਨਾਂ ਨਾਲ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਵੀ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ ਤੁਸੀਂ ਗੁਲਾਮ ਹੋ ਇਸ ਦੇ ਜੀ ਤੇ ਆਮ ਆਦੀ ਪਾਰਟੀ ਨੇ ਬੜਾ ਸਪਸ਼ਟ ਜੰਦ ਲੈ ਇਸ ਪਰ ਰਿਹਾ ਜੀ ਆਮ ਆਦੀ ਪਾਰਟੀ ਨੇ ਇਹ ਕਹਿ ਹੈ ਵੀ ਅਸੀਂ ਆਪਣਾ ਵੱਖਰਾ ਅੰਦੋਲਨ ਨਹੀਂ ਕਰਾਂਗੇ ਕੋਈ ਵੀ ਅਸੀਂ ਜੋ ਕਿਸਾਨ ਜਿਹਨਾਂ ਦਾ ਅੰਦੋਲਨ ਆ ਉਹਦੇ ਸ਼ਰੀਕ ਹੋ ਕੇ ਉਹ ਇਸ ਸ਼ਾਮਲ ਹੋ ਕੇ ਇਸ ਲੜਾਂਗੇ ਇਸ ਨੂੰ ਸਾਰਿਆਂ ਨੂੰ ਜੀ ਤੇ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਜਿਹੜੇ ਬਿੱਲ ਲਿਆਉਂਦੇ ਨੇ ਜੀ ਮੈਂ ਸਮਝਦਾ ਬਿੱਲ ਇਹਦਾ ਹੱਲ ਨਹੀਂ ਹੈਗੇ ਜੀ ਕਿਉਂਕਿ ਸੈਂਟਰ ਦੇ ਕਾਨੂੰਨ ਨੂੰ ਰੱਦ ਕਰਨ ਵਾਸਤੇ ਪੰਜਾਬ ਅਸੈਂਬਲੀ ਕੋਲ ਪਾਵਰ ਨਹੀਂ ਕੋਈ ਹੈਗੀ ਜੀ ਪੰਜਾਬ ਜਾਂ ਤਾਂ ਆਪਣੇ ਰਿਸੋਰਸ ਤਿਆਰ ਕਰੇ ਇਰੇ ਜੇ ਅਗਰ ਸੈਂਟਰ ਨਹੀਂ ਖਰੀਦਦਾ ਜਿਸ ਤੋਂ ਆਸ ਲੱਗੀ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਜੀ ਜੀ ਮੋਦੀ ਦੀ ਸਰਕਾਰ ਬੜੀ ਜਿੱਤੀ ਆਈ ਹੋਈ ਹੈ ਪੰਜਾਬ ਨੂੰ ਇਹ ਖੇਤੀ ਦੀ ਹੈਗੀ ਐਮ ਐਸ ਪੀ ਆਪ ਖਰੀਦਣੀ ਪੈਣੀ ਹੈ ਅਲਟੀਮੇਟਲੀ ਜਾਂ ਇਹਨਾਂ ਫਸਲਾਂ ਤੋਂ ਲੋਕਾਂ ਨੂੰ ਕੱਢ ਕੇ ਹੋਰ ਫਸਲਾਂ ਵੱਲ ਲਾਉਣਾ ਚਾਹੀਦਾ ਪੈਣਾ ਹੈ ਜੀ ਮਾਰਕੀਟ ਢਾਂਚਾ ਤਿਆਰ ਕਰਨਾ ਪੈਣਾ ਉਹ ਖਰੀਦ ਵਾਸਤੇ ਅਦਰਵਾਈਜ਼ ਪੰਜਾਬ ਦੀ ਖੇਤੀ ਤਬਾਹ ਹੋ ਗਈ ਰਹੀ ਸਾਰੀ ਸਾਰੀ ਜੇਕਰ ਟਮਾਣਾ ਸਾਬ ਤੁਹਾਡੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੁਹਾਡੀ ਪਾਰਟੀ ਦੇ ਮੁੱਖ ਪ੍ਰੈਫਰ ਜਿਹੜੇ ਹੋਣਗੇ ਮਤਲਬ ਮੁੱਖ ਤੁਸੀਂ ਕਿਹੜੇ ਕੰਮ ਨੂੰ ਤਰਜੀਹ ਦਿੰਦੇ ਹੋ ਜਾਂ ਤੁਸੀਂ ਕਿਹੜੀਆਂ ਮੁੱਖ ਸਮੱਸਿਆਵਾਂ ਮੰਨਦੇ ਹੋ ਜਿਹੜੀਆਂ ਪਹਿਲ ਦੇ ਆਧਾਰ ਤੇ ਆਮ ਆਦਮੀ ਪਾਰਟੀ ਹੱਲ ਕਰੇਗੀ ਤੋ ਇੱਕ ਤਾਂ ਇਹ ਸਾਰਾ ਸਿਸਟਮ ਨੂੰ ਠੀਕ ਕਰਨ ਵਾਲਾ ਪੰਜਾਬ ਦੇ ਵਿੱਚ ਸਾਰਾ ਸਿਸਟਮ ਭ੍ਰਿਸ਼ਟ ਹੋ ਚੁੱਕਿਆ ਹੈ ਪੰਜਾਬ ਦਾ ਜੀ ਕਿਸੇ ਵੀ ਆਪਾਂ ਲੈ ਲਓ ਕਿਸੇ ਦਫਤਰ ਲੈ ਲਓ ਕਿਸੇ ਵੀ ਲੈ ਲਓ ਰਿਸ਼ਵਤਾ ਬੋਲਵਾਲ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਖਤਮ ਕਰਨ ਦੀ ਲੋੜ ਹੈ ਜੀ ਜਦ ਤੱਕ ਲੋਕਾਂ ਨੂੰ ਸਾਫ਼ ਸੁੱਤਰਾ ਨਿਆ ਨਹੀਂ ਮਿਲੇਗਾ ਨਾ ਪ੍ਰਸ਼ਾਸਨ ਨਹੀਂ ਮਿਲੇਗਾ ਜੀ ਜਦ ਤੱਕ ਇਹੀ ਕੁਛ ਹੋ ਗਿਆ ਲੋਕਾਂ ਦੀ ਦਫਤਰਾਂ ਜੀ ਲੁੱਟਾ ਹੈ ਹਰ ਜਗ੍ਹਾ ਲੁੱਟਾ ਹੈ ਔਰ ਸਰਕਾਰਾਂ ਉਸ ਲੁੱਟਣ ਦੇ ਵਿੱਚ ਸਭ ਤੋਂ ਵੱਡੀਆਂ ਹਿੱਸੇਦਾਰ ਨੇ ਜੀ ਸਰਕਾਰੀ ਅਫਸਰਾਂ ਦਾ ਵੀ ਇਹੀ ਹਾਲ ਹੈ ਲੀਡਰਾਂ ਦਾ ਵੀ ਇਹੀ ਹਾਲ ਹੈ ਤੁਸੀਂ ਦੇਖੋ ਵੀ ਪੰਜਾਬ ਦੇ ਲੋਕ ਜਿਹੜੇ ਸਿਆਸਤ ਆਉਂਦੇ ਨੇ ਜਿਸ ਟਾਈਮ ਆਉਂਦੇ ਨੇ ਉਹਨਾਂ ਦਾ ਉਸ ਟਾਈਮ ਉਹਨਾਂ ਦੀ ਦੇਖੋ ਸੀ ਪ੍ਰਾਪਰਟੀ ਕਿੰਨੀ ਹੈ ਜੀ ਫਿਰ ਉਸ ਤੋਂ ਬਾਅਦ ਬਣਾ ਦੇਖ ਲਿਆ ਉਹ ਕਿੰਨੀ ਬਣਾ ਚੁੱਕੇ ਨੇ ਉਹ ਕਿੱਥੋਂ ਬਣਾਈ ਇਹ ਉਹ ਜੀ ਤੇ ਬੇਸ਼ਰਮ ਦੀ ਹੱਦ ਹੈ ਵੀ 10-10 ਸਪੈਸ਼ਲਾਂ ਲੈ ਰਹੇ ਨੇ ਲੋਕ ਇਹ ਜੀ ਪ੍ਰਕਾਸ਼ ਸਿੰਘ ਬਾਦਲ 10 ਪੈਨਸ਼ਨਾਂ ਲੈ ਰਹੇ ਜੀ ਦੁਨੀਆ ਦੇ ਕਿਸੇ ਵੀ ਹਿਸਟਰੀ ਤੁਸੀਂ ਦੱਸੋ ਵੀ ਕੋਈ ਐਮ.ਐਲ.ਏ ਜਾਂ ਐਮ.ਪੀ ਬਣਨਾ ਜਾਂ ਮੰਤਰੀ ਬਣਨਾ ਜੀ ਇਹ ਕੋਈ ਨੌਕਰੀ ਨਹੀਂ ਹੈਗੀ ਇਹ ਸੋਸ਼ਲ ਸਰਵਿਸ ਹੈ ਜੀ ਸੋਸ਼ਲ ਸਰਵਿਸ ਦੇ ਵਿੱਚ ਕੋਈ ਪੈਨਸ਼ਨ ਨਹੀਂ ਹੁੰਦੀ ਕਦੇ ਵੀ ਜੀ ਜੀ ਤੇ ਫਿਰ ਇਹ ਨਹੀਂ ਹੈ ਵੀ ਜਿੰਨੇ ਵਾਰ ਐਮ.ਐਲ.ਏ ਬਣ ਗਏ ਜਿੰਨੇ ਵਾਰ ਐਮ.ਪੀ ਬਣ ਗਏ ਉੰਨੀ ਪੈਨਸ਼ਨ ਲੈ ਲਓ ਜੀ ਇਹ ਤਾਂ ਸਾਰਾ ਜਿਹੜਾ ਤਨ ਆਪ ਇਕੱਠਾ ਕਰਨ ਲੱਗੇ ਨੇ ਆਪਣੇ ਕਾਨੂੰਨ ਆਪਣੇ ਵਾਸਤੇ ਆਪ ਬਣਾ ਲੈਂਦੇ ਨੇ ਇਹ ਸਾਰਾ ਖਤਮ ਹੋਣਾ ਚਾਹੀਦਾ ਹੈ ਇਹਨਾਂ ਵਾਸਤੇ ਇੰਨੀ ਫੈਸਿਲਿਟੀਆਂ ਨੇ ਕੋਠੀਆਂ ਇਹਨਾਂ ਦੀਆਂ ਫ੍ਰੀ ਨੇ ਗੱਡੀਆਂ ਫ੍ਰੀ ਨੇ ਸਿਕਿਉਰਟੀ ਫਰੀ ਹੈ ਮੈਡੀਕਲ ਫਰੀ ਹੈ ਟੈਲੀਫੋਨ ਫਰੀ ਹੈ ਹਰ ਚੀਜ਼ ਨਾਲ ਵਾਸਤੇ ਫਰੀ ਹੈ ਲੋਕਾਂ ਵਾਸਤੇ ਕੁਝ ਨਹੀਂ ਹੈਗਾ ਜੀ ਲੋਕਾਂ ਦੀ ਇਹ ਆ ਮੁਲਾਜ਼ਮਾਂ ਸੀ 2004 ਤੋਂ ਉਹਨਾਂ ਦੀ ਸਾਰੀ ਪੈਨਸ਼ਨ ਬੰਦ ਕਰਤੀ ਲੋਕਾਂ ਵਾਸਤੇ ਸਿਹਤ ਸੂਲ ਤਾਂ ਬਿਲਕੁਲ ਨਹੀਂ ਹੈ ਪੰਜਾਬ ਤੇ ਬੜੀਆਂ ਮਹਿੰਗੀਆਂ ਨੇ ਜੀ ਸਰਕਾਰੀ ਹਸਪਤਾਲ ਤਬਾਹ ਕਰਕੇ ਰੱਖਦੇ ਨਾਲ ਜੀ ਜੀ ਸਰਕਾਰੀ ਕਾਲਜ ਤਬਾਹ ਕਰਕੇ ਰੱਖਤੇ ਟੀਚਰ ਨਹੀਂ ਹੈਗੇ ਪੂਰੇ ਕਿਸੇ ਕਾਲਜ ਯੂਨੀਵਰਸਿਟੀਆਂ ਦਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਕਿਉਂਕਿ ਇਹ ਸਿਸਟਮ ਦੇ ਤਹਿਤ ਤੈਅ ਕੀਤਾ ਗਿਆ ਇੱਕ ਸਕੀਮ ਦੇ ਤਹਿਤ ਇਹ ਤੈਅਸ਼ ਨਾ ਕੀਤਾ ਗਿਆ ਤਾਂ ਜੋ ਇਹ ਲੋਕ ਆਪਣਾ ਉਸ ਵਿਦਿਆ ਦੇ ਖੇਤਰ ਵੀ ਸਿਹਤ ਦੇ ਖੇਤਰ ਆਪਣੇ ਵੱਡੇ ਵੱਡੇ ਹਸਪਤਾਲ ਤੇ ਆਪਣੇ ਕਾਲਜ ਬਣਾ ਸਕਾ ਔਰ ਉੱਥੇ ਪੂਰੀ ਲੁੱਟ ਹੋ ਰਹੀ ਹੈ ਲੋਕਾਂ ਦੀ ਆਮ ਬੰਦੇ ਦਾ ਉੱਥੇ ਜਾ ਕੇ ਇਲਾਜ ਕਰਾਉਣਾ ਬੜਾ ਮਹਿੰਗਾ ਤੇ ਬਹੁਤ ਮੁਸ਼ਕਲ ਹੈ ਇਹਦੇ ਉਲਟ ਜੋ ਦਿੱਲੀ ਚ ਹੋਇਆ ਨਾ ਜੀ ਦਿੱਲੀ ਚ ਵਿਦਿਆ ਨੂੰ ਉਹਨੇ ਇਨਾ ਸਰਕਾਰੀ ਸਕੂਲ ਹੈ ਚਾਹੇ ਸਰਕਾਰੀ ਕਾਲਜ ਨੇ ਉਹਦਾ ਮਿਆਰ ਹੈ ਨਾ ਉੱਚਾ ਚੱਕਦਾ ਅੱਜ ਪ੍ਰਾਈਵੇਟ ਜਿਹੜੇ ਹੈਗੇ ਉੱਥੇ ਸਕੂਲ ਕਾਲਜ ਦਾ ਮੁਕਾਬਲਾ ਨਹੀਂ ਕਰਦੇ ਹੈਗੇ ਜੀ ਇਸੇ ਕਰਕੇ ਪ੍ਰਾਈਵੇਟ ਸਕੂਲਾਂ ਚ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਜਾ ਰਹੇ ਨੇ ਹਰ ਮਹੱਲੇ ਚ ਕਲੀਨਿਕ ਖੋਲਤੀ ਡਾਕਟਰੀ ਸਹੂਲਤਾਂ ਨੇ ਫ੍ਰੀ ਕਰਤੀਆਂ ਔਰ ਇੱਕ ਦਿੱਲੀ ਇੱਕ ਐਸੀ ਸਟੇਟ ਆ ਜਿੱਥੇ ਕੈਂਸਰ ਦਾ ਇਲਾਜ ਟੋਟਲੀ ਫ੍ਰੀ ਹੈ ਜਿੱਥੇ ਐਕਸੀਡੈਂਟ ਦਾ ਇਲਾਜ ਬਿਲਕੁਲ ਫ੍ਰੀ ਹੈ ਸਿਹਤ ਬੀਮੇ ਨੇ ਉੱਥੇ ਬੜੀ ਸਸਤੀ ਉੱਥੇ ਹੀ ਹੋਗੀ ਹੈ ਸਿਹਤ ਸੂਲਤਾਂ ਨੇ ਕਰਤੀਆਂ ਨੇ ਔਰ ਸਿਸਟਮ ਨੇ ਨਾ ਠੀਕ ਕਰਿਆ ਕਰਿਆਣਾ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਸੀ ਦਫ਼ਤਰਾਂ ਦੇ ਵਿੱਚ ਉਹ ਖਤਮ ਕਰਤੀ ਸਾਰੀ ਜੀ ਅੱਜ ਲੋਕਾਂ ਨੂੰ ਦਫਤਰਾਂ ਦੇ ਬਹੁਤੇ ਗਿੜੀ ਨਹੀਂ ਮਾਰਨੇ ਪੈਂਦੇ ਟੈਲੀਫੋਨ ਕਰੋ ਤੁਹਾਡੇ ਕਰਮਲਾਜਮਾ ਉਹ ਤੁਹਾਡੇ ਫਾਰਮ ਜੋਥ ਨੂੰ ਚਾਹੀਦਾ ਹੈ ਭਰਾ ਕੇ ਲੈ ਗਿਆ ਤਾਂ ਉਹ ਡਿਲੀਵਰੀ ਤੁਹਾਡੇ ਘਰ ਹੁੰਦੀ ਸਾਰੀ ਉੱਥੇ ਜੀ ਇਸ ਨਾਲ ਬੜਾ ਫਰਕ ਪਿਆ ਲੋਕਾਂ ਦੇ ਉੱਤੇ ਜੀ ਤੇ ਇੱਕੋ ਇੱਕ ਸਟੇਟ ਹੈ ਜਿੱਥੇ ਦਿੱਲੀ ਜਿੱਥੇ ਸੁਆਮੀ ਨਾਥਨ ਬੇਸ਼ੱਕ ਉੱਤੇ ਖੇਤੀ ਘੱਟ ਹੁੰਦੀ ਹੈ ਪਰ ਉੱਥੇ ਸੁਆਮੀ ਨਾਥਨ ਪੋਰਟ ਐਕਚੁਅਲੀ ਲਾਗੂ ਕੀਤੀ ਗਈ ਹੈ ਜੀ ਜੇ ਕਣਕ ਇੱਥੇ 1800 ਰੁਪਏ ਦਾ ਦਿੱਲੀ 'ਚ 2500 ਰੁਪਏ ਜੀ ਜਿਹੜੀ ਜਿਹੜੀ ਹੈਗੀ ਉਹ ਵੀ ਫਸਲ ਇਸ ਤਰੀਕੇ ਨਾਲ ਵਿਕਦੀ ਹੈ ਉੱਥੇ ਉਨੇ ਹਰ ਪੱਖ ਤੋਂ ਜਿੰਨਿਆਂ ਕੋ ਦਿੱਲੀ ਸਰਕਾਰ ਕੋਲ ਪਾਵਰਾਂ ਨੇ ਉਹ ਸਾਰੇ ਸੁਧਾਰ ਲਿਆਂਦਾ ਜੀ ਸੋ ਉਸੇ ਇਹੀ ਚਾਹੁੰਦੇ ਆ ਵੀ ਪੰਜਾਬ ਨੇ ਜੇ ਬਚਾਉਣਾ ਹੈ ਪੰਜਾਬ ਨੂੰ ਤਾਂ ਪੰਜਾਬ ਚ ਇਹ ਸਵਾਰਥ ਨੂੰ ਬਦਲ ਕਰਨਾ ਪਊਗਾ ਆਮ ਆਦੀ ਪਾਰਟੀ ਸਰਕਾਰ ਬਣਨੀ ਬੜੀ ਜ਼ਰੂਰੀ ਹੈ ਨਹੀਂ ਤਾਂ ਇੱਥੇ ਜਿਵੇਂ ਪਹਿਲਾਂ ਮਾਫੀਆ ਰਾਜ ਚੱਲਦਾ ਉਹੀ ਰਾਜ ਹੁਣ ਚੱਲਣਾ ਟੋਣਾ ਸਾਹਿਬ ਤੁਹਾਡੀ ਪਾਰਟੀ ਦੇ ਵਿਰੋਧੀ ਤੇ ਇਲਜ਼ਾਮ ਲਾਉਂਦੀ ਰਹੀ ਹੈ ਕਿਤੇ ਜਾ ਕੇ ਲੋਕਾਂ ਦੇ ਵਿੱਚ ਵੀ ਖੁੰਡ ਚਰਚਾ ਇਹ ਚੱਲਦੀ ਰਹੀ ਹੈ ਵੀ ਤੁਹਾਡੀ ਪਾਰਟੀ ਨੇ ਜਦੋਂ 2017 ਚ ਹਾਰੀ ਹੈ ਬੀਕ ਤਾਂ ਕੋਈ ਮੁੱਖ ਮੰਤਰੀ ਦਾ ਚਿਹਰਾ ਇਹਨਾਂ ਨੇ ਕੋਈ ਪ੍ਰੈਜ਼ੈਂਟ ਨਹੀਂ ਕੀਤਾ ਹੈਗਾ ਵੀ ਇੱਕ ਜਿਹੜੇ ਕੁਝ ਲੋਕ ਸੀਗੇ ਜਿੱਦਾਂ ਸੋਚਾ ਸਿੰਘ ਛੋਟੇਪੁਰ ਸੀਗੇ ਹੋਰ ਬਹੁਤ ਸਾਰੇ ਲੀਡਰਸ ਸੀਗੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਜਿਹੜੇ ਕੁਝ ਚੰਗੇ ਲੀਡਰ ਤੁਹਾਡੀ ਪਾਰਟੀ 'ਚ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰੋਕ ਲਿਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿੱਦਾਂ ਮੁੱਖ ਮੰਤਰੀ ਦੇ ਚਿਹਰੇ ਦੀ ਗੱਲ ਹੈ ਨਾ ਕੱਲੀ ਆਮ ਆਦੀ ਪਾਰਟੀ ਨੇ ਜਿਹੜਾ ਨਹੀਂ ਲਾਨਿਆ ਬਹੁਤ ਸਾਰੀਆਂ ਐਸੀਆਂ ਪਾਰਟੀਆਂ ਬੜੀ ਜਗ੍ਹਾ ਇਲੈਕਸ਼ਨ ਦੀਆਂ ਸਟੇਟਾਂ ਦੀ ਜਿੱਥੇ ਪਾਰਟੀਆਂ ਆਪਣੇ ਮੁੱਖ ਮੰਤਰੀ ਜਿਹੜਾ ਨਹੀਂ ਲਾਨਦੀਆਂ ਜੀ ਦਿੱਲੀ ਚ ਪਿੱਛੇ ਭਾਰਤੀ ਜਨਤਾ ਪਾਰਟੀ ਨਾਲ ਮੁੱਖ ਮੰਤਰੀ ਜਿਹੜਾ ਨਹੀਂ ਸੀ ਲਾਨਿਆ ਜੀ ਇਸ ਤਰ੍ਹਾਂ ਉਹ ਦੇਖਦੇ ਨੇ ਮੌਕੇ ਦੇ ਮੁਤਾਬਕ ਪਰ ਇਹ ਨਹੀਂ ਸੀ ਆਮ ਆਦੀ ਪਾਰਟੀ ਕੋਲ ਮੁੱਖ ਮੰਤਰੀ ਦੇ ਚਿਹਰੇ ਨਹੀਂ ਸੀ ਪਿਛਲੇ ਔਰ ਕਾਫੀ ਚਿਹਰੇ ਸੀ ਆਮ ਆਦੀ ਪਾਰਟੀ ਕੋਲ ਜੀ ਭਵਨ ਸਿੰਘ ਮਾਨ ਸੀ ਉਸ ਟਾਈਮ ਫੂਲਕਾ ਜੀ ਸੀ ਕਈ ਕਈ ਹੋਰ ਲੋਕ ਸੀ ਜਿਹੜੇ ਮੁੱਖ ਮੰਤਰੀ ਦਾਅਵੇਦਾਰ ਸੀ ਜੀ ਜੀ ਪਰ ਇਸ ਵਾਰ ਪਾਰਟੀ ਆਪਣਾ ਕੋਈ ਐਲਾਨ ਵੀ ਕੀਤਾ ਹੈ ਮਾ ਚੀਮਾ ਸਾਹਨੇ ਐਲਾਨ ਕੀਤਾ 100000 ਪਾਲ ਸਿੰਘ ਚੀਮਾ ਨੇ ਹੋਰ ਲੀਡਰ ਐਲਾਨ ਕੀਤੇ ਵੀ ਹੈ ਇਸ ਕੀ ਮੁੱਖ ਮੰਤਰੀ ਚਿਹਰਾ ਐਲਾਨ ਕੇ ਪਾਰਟੀ ਇਲੈਕਸ਼ਨ ਲੜੂਗੀ ਜੀ ਤੇ ਉਸ ਤੋਂ ਬਾਅਦ ਇਹ ਪਾਰਟੀ ਫੀਲਡ ਜਾਊਗੀ ਪੂਰੀ ਸਰਗਰਮੀ ਦੇ ਨਾਲ ਜੀ ਰਹੀ ਗੱਲ ਪਿਛਲੀ ਵਾਰ ਕੁਛ ਸੋਚਾ ਸਿੰਘ ਛੋਟੇਪੁਰ ਦੀ ਜਾਂ ਕਿਸੇ ਨੂੰ ਹੋਰ ਨੂੰ ਨਿਕਲਣ ਦੀ ਇਹ ਠੀਕ ਹੈ ਇੱਕ ਦੋ ਗਲਤੀਆਂ ਪਾਰਟੀ ਕੋਲ ਹੋਈਆਂ ਨੇ ਮੰਨ ਵੀ ਲੈਣੇ ਚਾਹੀਦੇ ਨੇ ਉਹ ਜੀ ਸੋਚਾ ਸਿੰਘ ਛੋਟੇਪੁਰ ਵਾਲੀ ਪਾਰਟੀ ਕੋਲ ਗਲਤੀ ਹੋਈ ਜੀ ਪਰ ਮੈਸਾ ਦਾ ਇੰਡੀਆਂ ਵੱਡੀਆਂ ਗਲਤੀਆਂ ਨਹੀਂ ਸੀ ਉਸ ਟਾਈਮ ਕੀ ਸੀ ਜਿਹੜੀ ਹਾਰ ਹੋਈ ਹੈ ਪਾਰਟੀ ਦੀ ਉਹ ਇਸ ਕਰਕੇ ਨਹੀਂ ਹੋਈ ਉਹ ਇਸ ਕਰਕੇ ਹੋਈ ਹੈ ਵੀ ਕੈਪਟਨ ਸਾਹਿਬ ਨੇ ਝੂਠੇ ਲਾਰੇ ਲਾਏ ਲੋਕਾਂ ਨੂੰ ਜੀ ਗੁੜਕਾ ਸਾਹਿਬ ਦੀ ਹੱਥੇ ਮੜ ਕੇ ਸੌਂ ਖਾਦੀ ਗਈ ਮੈਂ ਸਾਰਿਆਂ ਦੇ ਕਰਜ਼ੇ ਮਾਫ ਕਰ ਦੂੰਗਾ ਜੀ ਕੱਲੇ ਕੱਲੇ ਕਰਤੇ ਕਿ ਬੰਦੇ ਨੌਕਰੀ ਦਵਾਂਗਾ ਜੀ ਪੈਨਸ਼ਨਾਂ ਦਵਾਂਗਾ ਬੇਰਜ਼ਗਾਰੀ ਪੱਤਾ ਦਵਾਂਗਾ ਜੀ ਇਹ ਕਾਰਨ ਸੀ ਲੋਕ ਇਸ ਝੂਠ ਦੇ ਵਿੱਚ ਜਾਲ ਵਿੱਚ ਫਸ ਗਏ ਜੀ ਇਸੇ ਕਰਕੇ ਕਾਂਗਰਸ ਦਾ ਰਾਜ ਆਇਆ ਤੇ ਉਹ 4 ਸਾਲ ਦਾ ਪਰ ਰਾਜ ਹੁਣ ਦੇਖਿਆ ਹੈ ਕੋਈ ਇੱਕ ਵੀ ਵਾਦਾ ਤੁਸੀਂ ਦੱਸੋਗੇ ਪੂਰਾ ਕੀਤਾ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਨੌਕਰੀਆਂ ਦੇਤੀਆਂ 2 1 0 ਤੋਂ ਲੈ ਕੇ 2 5 ਕਿੱਲੇ ਵਾਲੇ ਕਿਸਾਨਾਂ ਦਾ ਅਸੀਂ ਕਰਜ਼ਾ ਮਾਫ਼ ਕਰਤਾ ਜਿਹੜਾ ਵਿਕਾਸ ਹੈ ਉਹ ਉਹ ਪੂਰਾ ਹੋ ਰਿਹਾ ਹੈ ਕਰਜ਼ਾ ਮਾਫ਼ ਕਿਸਾਨਾਂ ਵਾਲੀ ਜਿਹੜੀ ਗੱਲ ਹੈ ਜੀ ਕਰਜ਼ਾ ਮਾਫ਼ ਤਾਂ ਕਿਸਾਨ ਦਾ ਕਿਸੇ ਦਾ 20000 ਕਿਸੇ ਦਾ 25000 ਹੋਇਆ ਵੀ ਕੋਪਰੇਟਿਵ ਸਟੇਟੀਆਂ ਦਾ ਹੋਇਆ ਜੀ ਪਰ ਨੁਕਸਾਨ ਵੱਧ ਕਰਤਾ ਜੀ ਨੁਕਸਾਨ ਇਸ ਕਰਕੇ ਕਰਿਆ ਵੀ ਲੋਕਾਂ ਨੇ ਆਪਣਾ ਪਿਛਲੀਆਂ ਲੋਨ ਨਹੀਂ ਭਰਿਆ ਵਿਆਜ ਤੇ ਵਿਆਜ ਪੈ ਗਿਆ ਅੱਗੇ ਨਾਲ ਉਹਨਾਂ ਨੂੰ ਵਾਦਾ ਜ਼ਿਆਦਾ ਜਿਹੜਾ ਹੈਗਾ ਚੱਕਰ ਹੀ ਹੋਰ ਫਸਾਤਾ ਨੌਕਰੀ ਦੱਸੋ ਕਿੱਥੇ ਮਿਲੀ ਜੀ ਕਿਸੇ ਪ੍ਰਾਈਵੇਟ ادارے ਤੇ ਕੋਈ ਐਮਟੈਕ ਕਰਨ ਦਾ ਹੈ ਬੀਟੈਕ ਕਰਨ ਦਾ ਉਹਨੂੰ 7000 8000 ਦੀ ਨੌਕਰੀ ਦੇ ਦਿੰਦੇ ਨੇ ਕੋਈ ਨੌਕਰੀ ਹੈ ਕੀ ਤਾਂ ਜੀ ਇਹ ਤਾਂ ਮਜ਼ਦੂਰੀ ਇੱਕ ਸਿੰਪਲ ਮਜ਼ਦੂਰ ਵੀ ਉਹਦੇ ਨਾਲ ਜ਼ਿਆਦਾ ਪੈਸੇ ਕਮਾ ਸਕਦਾ ਹੈ ਜੀ ਸੋ ਕਿਸੇ ਵੀ ਕੋਈ ਕੋਈ ਵਾਦਾ ਵੀ ਨਹੀਂ ਪੂਰਾ ਕੀਤਾ ਨਾ ਜੀ ਨਾ ਨੌਕਰੀ ਦਾ ਵਾਦਾ ਕੀਤਾ ਨਾ ਕਰਜ਼ੇ ਦਾ ਵਾਦਾ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਜਿੰਨਾ ਪ੍ਰਸ਼ਾਸਨ ਹੋਣਾ ਐ ਇੰਨੇ ਹੀ ਕਾਲੀਆਂ ਬਿਲੇ ਸੀ ਰੇਤੇ ਦਾ ਉਹੀ ਹਾਲ ਹੈ ਉਹੀ ਮਾਫੀਆ ਅੱਜ ਵੀ ਰੇਤੇ ਦੇ ਕਾਬਜ ਹੈ ਉਹੀ ਸ਼ਰਾਬ ਮਾਫੀਆ ਹੈ ਸ਼ਰਾਬ ਦੀਆਂ ਨਜਾਇਜ਼ ਫੈਕਟਰੀਆਂ ਪੰਜਾਬ ਚ ਫੜੀਆਂ ਗਈਆਂ ਜੀ ਇਹ ਦੇਖੋ ਲਾ ਕੋਈ ਐਕਸ਼ਨ ਹੀ ਹੋਇਆ ਜੀ ਜੀ ਸ਼ਰਾਬ ਸਭ ਤੋਂ ਵੱਧ ਵੈਸ ਹੈ ਤਾਂ ਵੱਧ ਕਿਸੇ ਦੀ ਗੱਲ ਸਭ ਤੋਂ ਵੱਧ ਪੰਜਾਬ ਚ ਜਿਹੜੀ ਹੈ ਕੰਜ਼ਮਪਸ਼ਨ ਸ਼ਰਾਬ ਦੀ ਹੈ ਜੀ ਪਰ ਸਰਕਾਰੀ ਖਿਆਨੇ ਸਭ ਤੋਂ ਘੱਟ ਪੈਸਾ ਪੰਜਾਬ ਜਾਂਦਾ ਜੀ ਜੀ ਫਿਰ ਅਸੀਂ ਦੇਖੋ ਆ ਸਾਧੂ ਸਿੰਘ ਧਰਮਸੋਤ ਨੇ ਵਜੀਫੇ ਦੇ ਕਿੰਨੀ ਵੱਡੀ ਹਿਰਾਫੀ ਫੇਰਕਦੀ ਹੈ 360 ਕਰੋੜ ਰੁਪਇਆ ਗਰੀਬ ਬੱਚਿਆਂ ਦੇ ਵਜੀਫੇ ਦਾ ਖੁਰਦਵਤ ਕਰਤਾ ਜੀ ਕੋਈ ਐਕਸ਼ਨ ਨਹੀਂ ਹੋਇਆ ਸੋਗਾ ਕਲੀਨ ਚੇਟ ਦਿੱਤੀ ਉਹਨਾਂ ਤੁਹਾਡੀ ਪਾਰਟੀ ਉਹਦੇ ਲਈ ਸੰਘਰਸ਼ ਕਰਦੀ ਹੈ ਬਿਲਕੁਲ ਕਰ ਰਹੀ ਹੈ ਜੀ ਆਰੇ ਜੇਕਰ ਸਰਕਾਰ ਬਣ ਗਈ ਤਾਂ ਮੈਨੂੰ ਪੂਰੀ ਉਮੀਦ ਹੈ ਵੀ ਨਾ ਲੋਕਾਂ ਦੇ ਖਿਲਾਫ ਪੂਰੀ ਕਾਰਵਾਈ ਹੋਊਗੀ ਜੀ ਚਾਹੇ ਕੋਈ ਵੀ ਭ੍ਰਸਟ ਹੈ ਸਾਰਿਆਂ ਦੇ ਖਿਲਾਫ ਕਾਰਵਾਈ ਹੋਊਗੀ ਤੇ ਲੋਕ ਆਪਣਾ ਮਨ ਬਣਾ ਚੁੱਕੇ ਨੇ ਅਗਲੀ ਸਰਕਾਰ ਠੀਕ ਆਮ ਆਦੀ ਪਾਰਟੀ ਪੰਜਾਬ ਬਣ ਜਾ ਰਹੀ ਟਵਾਣਾ ਸਾਹਿਬ ਤੁਸੀਂ ਦਿੱਲੀ ਪਿੰਡਾਂ ਚ ਜਾਂਦੇ ਹੋ ਤੁਹਾਡੀਆਂ ਰੋਜ਼ ਖਬਰਾਂ ਪੜ੍ਹਦੇ ਆ ਇਸ ਵਾਰ ਫਿਰ ਜਿਹੜੀ ਦਾਵੇਦਾਰੀ ਹੈ ਟਿਕਟ ਦੀ ਉਹ ਕਿੰਨੀ ਕੁ ਸਟਰੋਂਗ ਹੈ ਜਾਂ ਹੋਰ ਕਿਹੜੀ ਐਕਟੀਵਿਟੀ ਨਵੀਂ ਸ਼ੁਰੂ ਕਰਨ ਜਾ ਰਹੇ ਆ। ਦੇਖੋ ਜਿੱਦ ਤੱਕ ਦਾਵੇਦਾਰੀ ਦੀ ਗੱਲ ਹੈ ਮੈਂ ਆਪਣੇ ਵੱਲੋਂ ਤਾਂ ਪੂਰੀ ਮਿਹਨਤ ਕਰ ਰਹੇ ਆਂ ਪਾਰਟੀ ਦੇ ਨੀਤੀਆਂ ਪ੍ਰਤੀ ਇਕੱਲੇ ਇਕੱਲੇ ਪਿੰਡ ਜਾ ਕੇ ਅਸੀਂ ਮੀਟਿੰਗ ਵੀ ਕਰਦੇ ਆਂ ਬੜਾ ਵੱਡਾ ਲੋਕਾਂ ਦਾ ਹੰਗਾਰਾ ਮਿਲਦਾ ਹੈ। ਜੀ ਕਾਫੀ ਇਕੱਠ ਹੁੰਦੇ ਨੇ। ਜੀ ਮੈਂ ਇਕੱਲਾ ਨਹੀਂ ਹੋਰ ਵੀ ਮੇਰੇ ਨਾਲ ਚਾਰ ਪੰਜ ਬੰਦੇ ਹੋਰ ਵੀ ਨੇ ਜਿਹੜੇ ਇਸ ਦੌੜ ਦੇ ਵਿੱਚ ਨੇ ਸਾਰੇ ਆਪਣੇ ਆਪਣੀ ਮਿਹਨਤ ਕਰ ਰਹੇ ਨੇ। ਜੀ ਬਾਕੀ ਹੁਣ ਅੱਗੇ ਪਾਰਟੀ ਕਿਹਨੂੰ ਟਿਕਟ ਦਿੰਦੀ ਹੈ ਇਹ ਤਾਂ ਪਾਰਟੀ ਨੇ ਦੇਖਣਾ। ਪਰ ਜਿਸ ਨੂੰ ਵੀ ਟਿਕਟ ਮਿਲੇਗੀ ਉਹ ਸਾਰੇ ਅਸੀਂ ਉਹਦੀ ਮਦਦ ਕਰਾਂਗੇ ਤੁਸੀਂ ਪਾਰਟੀ ਦੇ ਨਾਲ ਅਸੀਂ ਪਾਰਟੀ ਦੇ ਨਾਲ ਖੜਾਂਗੇ ਜੀ ਟਵਾਣਾ ਸਾਹਿਬ ਤੁਸੀਂ ਬਾਬੂ ਸ਼ਾਹੀ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀਗੇ ਐਡਵੋਕੇਟ ਨਿਰਿੰਦਰ ਸਿੰਘ ਟਵਾਣਾ ਆਮ ਆਦਮੀ ਪਾਰਟੀ ਲਈ ਲਗਾਤਾਰ ਪਿਛਲੇ 5 ਸਾਲ ਤੋਂ 4 ਸਾਲ ਤੋਂ ਸੰਘਰਸ਼ ਕਰ ਰਹੇ ਨੇ ਪਿੰਡਾਂ ਚ ਜਾ ਕੇ ਮੀਟਿੰਗਾਂ ਕਰ ਰਹੇ ਨੇ ਸੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਬਾਬੂ ਸ਼ਾਹੀ ਟਾਈਮਜ਼ ਨੂੰ ਤੁਸੀਂ ਸਬਸਕ੍ਰਾਈਬ ਕਰੋ ਜਲਦੀ ਹੀ ਤੁਹਾਡੇ ਨਾਲ ਨਵੇਂ-ਨਵੇਂ ਮਹਿਮਾਨਾਂ ਦੀਆਂ ਅਸੀਂ ਮੀਟਿੰਗਾਂ ਕਰਾਵਾਂਗੇ ਤੁਹਾਡੇ ਉਹਨਾਂ ਦੇ ਵਿਚਾਰ ਪੇਸ਼ ਕਰਾਂਗੇ ਜਿਹੜੀਆਂ ਗੱਲਾਂ ਕੁਝ ਲੁਕੀਆਂ ਛਿਪੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਬਤ ਤੋਂ ਬਾਤ ਕੋਸ਼ਿਸ਼ ਕਰਾਂਗੇ ਸੋ ਮੈਂ ਦੀਦਾਰ ਸਿੰਘ ਗੁਰਨਾ ਜਲਦੀ ਹੀ ਨਵੇਂ ਮਹਿਮਾਨ ਨਾਲ ਤੁਹਾਡੇ ਨਾਲ ਹਾਜ਼ਰ ਹੋਵਮਗਾ ਤਦ ਤੱਕ ਲਈ ਥੈਂਕ ਯੂ ਧੰਨਵਾਦ ਧੰਨਵਾ ਗੁਰਨਾ ਸਭਾਪਾ